ਸੁੱਖ ਵੇਲਾ ਕਿੰਨਾ ਕੁ ਬਦਲ ਗਿਆ ਨਾ, ਜਦੋਂ ਹਾਂ ਨਿੱਕੇ ਹੁੰਦੇ ਇੱਥੇ ਉਹਨਾਂ ਨੇ ਕਿਤੇ ਕਿੰਨੀ ਰੌਣਕ ਹੁੰਦੀ ਸੀ। ਅੱਜ ਹੁਣ ਵੀ ਤੇ ਰੌਣਕ ਹੀ ਆ। ਆਹ ਰੌਣਕ ਤੇ ਹੈ ਪਰ ਉਹ ਵਾਲਾ ਨਹੀਂ ਨਾ ਜੋ ਬਚਪਨਾ ਹੁੰਦਾ ਸੀ ਆਪਣੇ ਚ ਕਿੰਨਾ ਖੇਡਦੇ ਹੁੰਦੇ ਸੀ। ਆਹੋ ਤੇ ਹੈ। ਭਾਬੀ ਤੁਸੀਂ ਕੀ ਕਰਨ ਦੇ ਜੇ ਇੱਥੇ? ਮੈਨੂੰ ਤੇ ਮੰਮੀ ਨੇ ਕੱਲਿਆ ਵੀ ਬਤੌਂ ਤੋੜ ਲਿਆ। ਹੁਣ ਮੈਂ ਇਹ ਸੋਚੀ ਜਾਣ ਦੀ ਆ ਵੀ ਬਤੌਂ ਜੇ ਮੈਂ ਤੋੜ ਲਏ ਨਾ ਤੇ ਭਰ ਕੇ ਬਣਾਉਣੇ ਪੈਣੇ ਤੇ ਆਪਣਾ ਡੰਗ ਨਹੀਂ ਹੋਣਾ, ਕਿਉਂਕਿ ਫਿਰ ਸਾਰੇ ਸੋਨੂ ਨੇ ਵੀ ਖਾਣੀ ਹੈ ਚਾਚੀ ਘੜੀ ਘਰ ਵਾ। ਤੇ ਆਪਾਂ ਵੀ ਕਿੰਨੇ ਜਾਣੇ ਵੱਧ ਗਏ ਆ। ਮੈਂ ਸੋਚੀ ਜਾਣ ਦੀ ਫਿਰ ਰਾਜਮਾਂਹ ਧਰ ਲੈਨੇ ਆ ਜਾਂ ਫਿਰ ਮਸਰਾਂ ਦੀ ਦਾਲ ਝੱਟ ਬਣ ਜਾਣੀ। ਚੱਲ ਭਾਬੀ ਇੱਦਾਂ ਕਰੋ, ਹਾਂ ਤੁਸੀਂ ਬਤੌਂ ਜੋ ਧਰਨੇ ਆ ਜਿਹੜੇ ਅਸੀਂ ਪੜੋਲ ਲਿਆਂਦੇ ਆ ਉਹ ਧਰ ਲਓ, ਹਾਂ ਤੇ ਨਾਲੇ ਬਤੌਂ ਤੁਸੀਂ ਜਦ ਮੈਂ ਜਾਣਾ ਵਾ ਮੈਨੂੰ ਪਾ ਦਿਓ। ਅਮਰਤ ਨੂੰ ਦੇ ਦਾਂਗੇ ਆਪਾਂ ਤੇ ਖਾਂਦੇ ਰਹਿੰਦੇ ਆ ਭਾਬੀ, ਹੈਨਾ? ਆਹੋ ਆਹੋ, ਨਾਲੇ ਮੈਂ ਵੀ ਦੱਸੂ ਮੈਂ ਨਾਨਕੇ ਤੋਂ ਬਤੌਂ ਲਿਆਂਦੇ ਨੇ ਘਰੇ ਬਤੌਂ ਲਾਏ। ਸੋਹਰੇ ਖੜੇਂਗੀ? ਆਹੋ ਸੋਹਰੇ ਖੜੂੰਗੀ ਨਾ ਮੰਮੀ, ਹੁਣ ਪੜੋਲ ਗਏ ਡੇ ਤੇ ਫਿਰ ਪੜੋਲ ਸਾਡੇ ਮੰਮੀ ਇੱਥੇ ਲੈ ਆਏ ਨਾਨਕੇ 10 ਦਿਨ ਪੜੋਲ ਹੀ ਲੱਭੇ। ਬਤਾਉ ਬਤਾਉ ਸਦਾਣੇ ਘੁੰਮ ਗਈ ਆ, ਉਹ ਇਹ ਨਾ ਕਹਿਣਗੇ ਵੀ ਦੱਸੇ ਹੀ ਲੱਭੇ ਇਹਨੂੰ। ਨਹੀਂ ਕੋਹ ਨਹੀਂ ਕਹਿੰਦੇ, ਮੰਮੀ ਕਹਿੰਦੇ ਪੜੋਲ ਖਾਣੇ ਆ ਤਾਂ ਪੜੋਲ ਥੋੜੇ ਕਲੱਥੇ ਉਹ ਫਿਰ ਇੱਥੇ ਲੈ ਆਏ। ਚਲ ਮੈਂ ਬਤਾਉ ਲੈ ਜੂੰਗੀ। ਅੱਭੀ ਗੱਲਾਂ ਨਹੀਂ ਕਰਨਗੇ? ਨਹੀਂ ਨਹੀਂ ਕਰਦੇ, ਗੱਲਾਂ ਤਾਂ ਨਹੀਂ ਕਰਨੀਆਂ। ਹਰੀਆਂ ਸਬਜ਼ੀਆਂ ਘਰ ਦੀਆਂ ਹੁੰਦੀਆਂ ਨੇ ਇਹਨਾਂ ਦੀ, ਨਾਲੇ ਫਰੈਸ਼ ਸਬਜ਼ੀਆਂ ਹੁੰਦੀਆਂ ਵਾ। ਅੱਛਾ ਅੱਛਾ। ਨਹੀਂ ਭਾਬੀ ਸਾਡੇ ਵੀ ਉੱਥੇ ਹੈਗੇ ਪਰ ਉੱਥੇ ਕਾਲੇ ਬਤਾਉ ਆ ਤੇ ਮੈਂ ਹਰਿਆਂ ਦੀ ਪਨੀਰੀ ਮੰਗਾਈ ਪਰ ਭਾਈ ਨੇ ਲਿਆ ਕੇ ਨਹੀਂ ਦਿੱਤੀ। ਲੈ ਪਨੀਰੀ ਤੈਨੂੰ ਮੈਂ ਬਤਾਉ ਵੀ ਪਾ ਕੇ ਦਊ ਨਾਲ, ਉਹ ਵੇਲਾ ਪਨੀਰੀ ਬੀਜੀ ਬੂਟੇ। ਆਹੋ ਉਹ ਵੀ ਮੈਂ ਤੈਨੂੰ ਪਾ ਕੇ ਦਊਂਗੀ ਨਾਲ ਹੀ, ਪਾ ਕੇ ਜੋ ਕਰ ਦਊਂਗੀ ਤੇ ਫਿਰ ਜਾਂਦਿਆਂ ਬੀਜ ਲਈ ਇਦਾਂ। ਹਾਂ ਹਾਂ ਠੀਕ ਆ। ਤੀ ਕਿੱਦੇ ਚੱਲੀਆਂ? ਆਪਾਂ ਤਾਂ ਇੱਧਰ ਨੂੰ ਭਾਬੀ ਘੁੰਮਣ ਫਿਰਨ ਚੱਲੀਆਂ ਸੀ। ਅੱਛਾ ਹਾਂ ਦੀ, ਇਹਦਾ ਨਹਿਰ ਤੇ ਚੱਲੀਏ। ਤੁਹਾਨੂੰ ਪਤਾ ਭਾਬੀ ਜਦੋਂ ਆਪਾਂ ਸਾਰੇ ਜਾਣੇ ਇਕੱਠੇ ਹੁੰਦੇ ਨੇ ਆਪਾਂ ਨਾ ਅਮਰਤ ਜਦੋਂ ਖੰਭ ਇਕੱਠੇ ਕਰਕੇ ਲਿਆਉਂਦੇ ਸੀ ਮੋਰਦੇ, ਕਿੰਨੇ ਭਾਬੀ ਆਪਾਂ ਖੰਭ ਇਕੱਠੇ ਕਰਕੇ ਆਉਣੇ। ਮੈਂ ਤਾਂ ਕਿਤਾਬਾਂ 'ਚ ਰੱਖਦੀ ਰਹਿ ਜਾਣਾ, ਮੈਨੂੰ ਪੜ੍ਹਾਈ ਆਜੂ ਆਜੂ ਤਾਂ ਵੀ ਆਈ ਉਨੀ ਕੀ ਪਰ ਹੋਏ ਤੂੰ ਇਹਦਾ ਜੇ ਤਕਰਾ ਤੁਹਾਡੀ ਰਿਜ਼ਲਟ ਵੀ ਆਉਣ ਵਾਲਾ ਹੈ ਤੇ ਆਉਂਦਾ ਹੀ ਰਹਿੰਦਾ ਤੇ ਕਿਹੜੀ ਗੱਲ ਵਾ ਭਾਬੀ, ਤੇਰਾ ਤੇ ਆਉਂਦਾ ਰਹਿੰਦਾ, ਮੈਨੂੰ ਤੇ ਡਰ ਲੱਗਾ ਨਹੀਂ। ਲੈ ਟੈਨਸ਼ਨ ਤਾਂ ਤੁਸੀਂ ਲੈਣੀ, ਆਪਾਂ ਕਦੀ ਟੈਨਸ਼ਨ ਲੈਣੀ ਹੈ ਨਾ। ਕਾਦਰ ਰਿਜ਼ਲਟ ਕੀ ਕਹਿੰਦੇ ਭਾਬੀ ਹੁੰਦੀ ਹੁਣ ਕੀ? ਮੈਂ ਬੀਐਡ। ਅੱਛਾ ਅੱਛਾ ਹਾਂ, ਤੇ ਮੈਂ ਕਿਹਾ ਉਧਰੋਂ ਵਿਆਹ ਹੈ ਨਾ ਉਧਰੋਂ ਰਿਜ਼ਲਟ ਆ ਜਾਣਾ, ਪਤਾ ਨਹੀਂ ਕਿੱਦਾਂ ਦਾ ਆ ਜਾਣੀ ਹੈ। ਪਾਸ ਹੀ ਪਾਸ ਵਾ ਭਾਬੀ, ਏਡੀ ਨੇ ਟੈਨਸ਼ਨ ਲੈ, ਤੇਰੀ ਤੇ ਕੋਈ ਟੈਨਸ਼ਨ ਨਹੀਂ ਹੈਗੀ, ਮੈਨੂੰ ਤੇ ਹੋ ਹੀ ਜਾਂਦਾ ਤੈਨੂੰ ਪਤਾ ਸਹੁਰੇ ਘਰ ਆ ਕੇ ਪੜਨਾ ਬੜਾ ਔਖਾ। ਨਹੀਂ ਕੋਈ ਗੱਲ ਨਹੀਂ, ਟੈਨਸ਼ਨ ਲੈ ਕੇ ਹੋਣਾ ਵਾ ਜੋ ਹੋਣਾ ਹੁਣ ਹੋਣਾ ਹੀ ਆ। ਅੱਜ ਭਾਬੀ ਚੱਲੀਏ ਆਪਾਂ ਵੀ ਉਧਰ ਨੂੰ। ਨਹੀਂ ਨਹੀਂ ਤੁਸੀਂ ਜਾਓ, ਤੈਨੂੰ ਪਤਾ ਮੈਂ ਹੁਣ ਸਹੁਰੇ ਘਰ ਬੈਠੀ। ਚਲੋ ਆ ਜਾਓ ਜਾਂ ਘੜੀ ਘੁੰਮ। ਤੇਰੇ ਸਹੁਰੇ ਵਧੀਆ? ਹਾਂ ਭਾਬੀ, ਨਹੀਂ ਮੇਰੇ ਸਹੁਰੇ ਤਾਂ ਬਹੁਤ ਵਧੀਆ ਵਾ, ਸੱਸ ਮੇਰੇ ਦਾ ਸੁਭਾਅ ਬੜਾ ਵਧੀਆ ਵਾ, ਸਹੁਰੇ ਦਾ ਸੁਭਾਅ ਵਧੀਆ ਵਾ। ਅੱਛਾ ਅੱਛਾ ਹਾਂਜੀ, ਨਹੀਂ ਵਧੀਆ ਲੱਗਦਾ ਹਨਾ, ਸਾਰੇ ਵਧੀਆ ਹੋਣ ਤੇ। ਜਠਾਣੀ ਦਾ? ਜਠਾਣੀ ਦਾ ਵੀ ਸੁਭਾਅ ਠੀਕ ਹੈ, ਤੁਹਾਨੂੰ ਪਤਾ ਤਾਂ ਹੈ ਜਠਾਣੀਆਂ ਦੇ ਕਿੰਨੇ ਖਾਣਾ ਬਣਦੀ ਹੁੰਦੀ ਜਠਾਣੀਆਂ ਦੀ, ਉਹ ਪਤਾ ਥੋੜੀ ਹੈਗੀ ਹੈ ਨਾ ਅਮੀਰ ਘਰੋਂ ਪਿੱਛੋਂ ਤੇ ਫਿਰ ਤਾਂ ਕਰਕੇ ਥੋੜੀ ਉਹਦੇ ਨਾਲ ਹੋ ਜਾਂਦਾ ਵਾ, ਆਕੜ ਜੀ ਥੋੜੀ ਕਰਦੀ ਹੈ ਨਾ ਕਿ ਮੈਂ ਪਿੱਛੋਂ ਸੌਖੇ ਘਰ ਚੋਂ ਆ ਤੇ ਤੂੰ ਗਰੀਬ ਘਰ ਚੋਂ ਆ, ਤਾਂ ਕਰਕੇ ਥੋੜਾ ਹੋ ਜਾਂਦਾ। ਨਹੀਂ ਬਾਕੀ ਮੰਮੀ ਹੁਣੀ ਤੈਨੂੰ ਕੁਛ ਕਹਿੰਦੇ, ਵਧੀਆ ਸੁਭਾਅ ਉਹਨਾਂ ਦਾ। ਮੰਮੀ ਹੁਣੀ ਤੈਨੂੰ ਮਹਿਸੂਸ ਹੋਣ ਦਿੰਦੇ ਮੇਰਾ ਪਿੱਛਾ ਕਿੱਦਾਂ ਦਾ ਵਾ, ਬਾਕੀ ਚਲੋ ਘਰ ਵਾਲੇ ਦਾ ਵੀ ਸੁਭਾਅ ਵਧੀਆ ਵਾ। ਚੱਲ ਸੱਸ ਸਹੁਰਾ ਚੰਗਾ ਹੋਵੇ ਤੇ ਆਪਣਾ ਘਰ ਵਾਲਾ। ਹਾਂਜੀ ਰਹਿਣਾ ਤੇ, ਕਿਉਂਕਿ ਉਹਨਾਂ ਨਾਲ ਆਈਆਂ ਘਰ ਵਾਲਿਆਂ ਨਾਲ ਰਹਿਣਾ ਜਾਂ ਸੱਸ ਸਹੁਰੇ ਨਾਲ ਜਠਾਣੀ ਦਰਾਣੀਆਂ ਦਾ ਇਦਾਂ ਹੀ ਹੁੰਦਾ ਰਹਿੰਦਾ ਵਾ। ਉਹ ਤੇ ਕੋਈ ਗੱਲ ਨਹੀਂ, ਕਦੀ ਲੜ ਪਈਆਂ ਕਦੀ ਬੋਲ ਪਈਆਂ, ਨਾਲ ਜਿੱਥੇ ਚਾਰ ਭਾਂਡੇ ਉਹ ਤੇ ਖੜਕਣੇ ਖੜਕਣੇ ਆ। ਸਹੀ ਗੱਲ ਆ, ਕੋਈ ਨਹੀਂ ਉਹ ਗੁੱਸਾ ਨਰਾਜ਼ਗੀ ਵੀ ਨਹੀਂ ਕੋਈ ਹੁੰਦੀ ਜਿਹੜੀ ਫੇਰ ਆਪਾਂ ਮਿਲ ਕੇ ਬਹਿ ਜਾਣਾ ਹੁੰਦਾ ਵਾ। ਹਾਂਜੀ ਪਰ ਉਹਨੂੰ ਕਹਦਾ ਇੱਡੇ ਪੈਸੇ ਦਾ ਵੀ ਮੈਂ ਸੌਖੀ ਆ ਤੇ। ਨਹੀਂ ਫੇਰ ਵੀ ਹੋ ਹੀ ਜਾਂਦਾ ਭਾਬੀ, ਤੁਹਾਨੂੰ ਪਤਾ ਤੇ ਹੈ ਹੀ ਆ ਹਣਾ, ਅਗਲੇ ਬੰਦੇ ਨੂੰ ਨੀਵਾ ਵਿਖਾਉਣਾ ਕੀ ਹਣਾ, ਮੈਂ ਤੇ ਬੜੀ ਸੌਖੀ ਆ ਪਿੱਛੋਂ। ਨੀਵਾ ਕਿੱਦਾਂ ਵਿਖਾਉਂਦੀ ਹੋ? ਓਦਾਂ ਹੀ ਗੱਲਾਂ ਗੱਲਾਂ ਚ, ਕਦੀ ਸੂਟ ਲੈ ਆਉਣੇ ਉਹਨੇ ਵਧੀਆ, ਕਦੀ ਉਹਦੇ ਭਰਾ ਮਗਰ ਸੌਖੇ ਆ ਬਾਹਰ ਵਾ, ਫਿਰ ਉਹਨਾਂ ਨੇ ਪੈਸੇ ਦੇ ਜਾਣੇ ਹਣਾ, ਤੁਹਾਨੂੰ ਪਤਾ ਤੇ ਹੈ ਹੀ ਬਾਹਰ ਦੇ ਪੈਸਿਆਂ ਦੀ ਕਿੰਨੀ ਕੀਮਤ ਹੁੰਦੀ ਆ। ਬਾਹਰ ਤੇ ਮੈਂ ਕਹਿੰਦੀ ਆ ਨਾ, ਘਰ ਦੇ ਵਿੱਚ ਇੱਕ ਜਣਾ ਬਾਹਰ ਹੋਵੇ ਤੇ ਬਾਕੀ ਇੱਧਰ ਹੋਣ ਤੇ ਐਸ਼ ਦੀ ਜ਼ਿੰਦਗੀ ਲੰਘਦੀ ਆ। ਵੀ ਚਲੋ ਫਿਰ ਬਾਹਰੋਂ ਪੈਸੇ ਆ ਜਾਂਦੇ ਤੇ ਭਰਾਵਾਂ ਦੇ ਤੇ ਤਾਂ ਕਰਕੇ, ਤੇ ਭੂਆ ਵਿਚਾਰੀ ਤੇ ਹੈ ਵੀ ਉਦਾਂ ਦੀ, ਉਹਨੇ ਕੀ ਦੇ ਕੇ ਆਉਣਾ ਹੁੰਦਾ ਹਨਾ, ਬਾਕੀ ਦੇ ਕੇ ਆਉਂਦੀ ਭੂਆ ਖੜਦੀ ਆ ਨਹੀਂ ਆਪਣੇ ਸਾਹਮਣੇ ਭਾਈ। ਭਾਬੀ ਭੂਆ ਗਰੀਬਣੀ ਬਣੀ ਫਿਰਦੀ ਹੋਵੇ ਤੇ ਅਮਰਤ ਨੂੰ ਤਾਂ ਵਾਧੂ ਕਹਿ ਦਿੰਦੀ। ਨਹੀਂ ਭਾਬੀ ਤੁਹਾਨੂੰ ਪਤਾ ਹੀ ਆ ਸੁੱਖ ਘਰ ਦੇ ਹਾਲਾਤ ਕੀ ਆ, ਤੁਹਾਨੂੰ ਡੈਡੀ ਦਾ ਗੜਾ ਭੁਲੇਖਾ ਵਾ, ਉਹਨੇ ਆਪ ਖਾਣ ਪੀਣ ਵੱਲ ਤੁਰਿਆ ਰਹਿਣਾ, ਘਰ ਵੱਲ ਧਿਆਨ ਨਹੀਂ ਦੇਣਾ, ਫਿਰ ਇਦਾਂ ਹੀ ਹੁੰਦਾ। ਮੈਂ ਤੇ ਆਪ ਕਈ ਵੀ ਸੋਚਦੀ ਹੁੰਨੀ ਆ ਵੀ ਰੱਬ ਨੇ ਗਰੀਬੀ ਅਮੀਰੀ ਕੀ ਬਣਾਤੀ, ਇੱਕ ਇੱਕ ਨੂੰ ਸੋਹਣਾ ਬਣਾਤਾ ਇੱਕ ਨੂੰ ਨਹੀਂ ਬਣਾਤਾ, ਹਨਾ ਰੱਬ ਐ ਪੂਰਾ ਪੂਰਾ ਇਕੁਅਲ ਜਿਹਾ ਰੱਖਦਾ ਤੇ ਵਧੀਆ ਰਹਿਣਾ ਸੀ। ਪਰ ਤੁਹਾਨੂੰ ਪਤਾ ਪਹਿ ਹਾਂਦੀਆਂ ਇੱਕੋ ਜਿਹੀਆਂ, ਪਰ ਵੇਲਾ ਇਹਦਾ ਵਿਆਹ ਕੀਤਾ ਕਰਤਾ ਉਹਨਾਂ ਨੇ ਸੋਹਣਾ ਨੇ। ਭਾਬੀ ਤੁਹਾਨੂੰ ਪਤਾ ਤਾਂ ਆਈ ਹੁਣ ਮਗਰੋਂ ਹਨਾ ਮਜਬੂਰੀ ਕਿ ਪੈਸਾ ਤੇ ਲੈ ਨਹੀਂ, ਫਿਰ ਜਿੱਦਾਂ ਦਾ ਲੱਭਾ ਕਰਤਾ। ਚਲੋ ਬਹੁਤ ਵਧੀਆ ਕੀਤਾ ਵੈਸੇ ਉਹਨਾਂ ਨੇ, ਮੈਨੂੰ ਬਹੁਤ ਸੌਖੇ ਘਰ ਮੈਂ ਵਿਆਹੀ ਗਈ ਆ, ਮਤਲਬ ਵਧੀਆ ਮੇਰਾ ਵੈਸੇ ਸਭ ਕੁਝ ਕੀਤਾ ਜੋ ਵੀ ਕੀਤਾ ਵਾ। ਚਲੋ ਤੇਰੀ ਕਿਸਮਤ ਹੀ ਹੈ ਨਾ, ਕਿਸਮਤ ਹੀ, ਚਲੋ ਕਿਸਮਤ ਵਧੀਆ ਹੈ ਇਹਨਾਂ ਸ਼ੁਕਰ ਵਾ ਕਿ ਤੇ ਮਾਂ
तू ना भैना बड़ी अगे तेरा जीजा कहंदा आंदा मेरी इको एक साली आ, वो भी नहीं किते आंदी। मेरा जा के ते मेरा जीजा हुंदा ना, मैं चौथे घर च जा करना ही घूमण फिरन। मेरा नहीं जी करदा भाभी किते भी जान नूं, वांडे जाइए, वांडे वाले पहलो कम ला दिंदे जाके, जी उत्थे भी कम करना तेनूं चंगा बंदा अपने घरे सही आ के। ना नी भैना तेरे को नहीं, अहीं कम कराउने, अहीं कदे तेनूं घुमा के लियावांगे अहीं सारा उधर। घुम मैं इत्थे बथेरा लैनी वैसे ते। हाय हाय तू जाई हां? कोई नहीं वेख लूंगी जे मैं जाऊंगी। इन्ने मेला सारियां छुट्टियां घरे नंघातियां ही, जो कि मैं ना ना व्याई हुंदी ते मैं हुन चार पांच वांडे वेख आउणी। चलो कोई नहीं भाभी, तुसीं आ जाओ किसे दिन वीर नाल, आयो साडे कोल। भाभी कह के जाई वीर नाल, कोई नहीं मैं कह के। प्रेस ही हुंदा जदों वेखदा, इहने तुरी रहना भी मैं जावां जावां। ते वधिया ही आ, मिल के ही आ, जदों अगले नूं मिलांगे फेर ही अगला साडे घर आउंदा। हुण तूं नहीं हुंदे ते पैर दी मिट्टी चुक्की आ, चुक्की आ तां ही नहीं भाभी टिकदी। कदे इधर नूं वांडे तुर पईए, मम्मी नूं इहने किते ना किते कह ही देणा हुंदा, मम्मी आपां उत्थे चली आ, नहीं ना कोई आया परौणा ही सद लईए घर। आप ते फसना नाल मैनूं भी फसा दिंदी कम्म च। ਇਹ ਰੌਣਕ ਜੀ ਲੱਗੀ ਰਹਿੰਦੀ, ਰੋਜ਼ ਉਹੋ ਘਰ ਉਹੋ ਹੀ ਕੰਮ ਕਰ ਲਓ, ਸਵੇਰੇ ਉੱਠੋ, ਮੂੰਹ ਧੋ ਲਓ, ਬੁਰਸ਼ ਕਰ ਲਓ, ਚਾਹ ਪੀ ਕੇ ਬਸ ਜੋ ਕੰਮ ਨੂੰ ਸਟਾਰਟ ਹੋਈਦਾ, ਰੋਜ਼ ਉਹੀ ਕੰਮ ਉਹੀ ਕੰਮ। ਨਹੀਂ ਕੋਈ ਗੱਲ ਨਹੀਂ, ਮੈਂ ਵੀਰ ਨੂੰ ਕਹਿ ਕੇ ਜਾਂ, ਤੁਸੀਂ ਆਇਓ। ਆਹੋ ਕਹਿ ਕੇ ਜਾਈ, ਤੁਸੀਂ ਹੁਣ ਕੰਮ ਕਰ ਲਓ, ਮੈਂ ਆਪਾਂ ਘੁੰਮ ਫਿਰ ਕੇ ਆਉਂਦੇ, ਮੈਂ ਨਹੀਂ ਕੋਈ ਕੰਮ ਕਰਨਾ ਹੁਣ। ਚੱਲ ਠੀਕ ਆ, ਅਜਾ ਮਤ ਆਪਾਂ ਘੁੰਮ ਫਿਰ ਕੇ ਆਉਂਦੇ ਆ। ਅਮਾ ਤੈਨੂੰ ਪਤਾ ਇੱਥੇ ਭਾਬੀ ਨੇ ਸਾਰੇ ਰਾਹ ਵਿੱਚ ਕੁੱਕੜ ਗਲਗੀ ਲਾਈ ਹੁੰਦੀ, ਇੱਥੇ ਫੁੱਲ ਲੱਗਦੇ ਆ ਸਿਆਲ ਵਿੱਚ, ਕਿਤੇ ਬਹੁਤ ਸੋਹਣੇ ਲੱਗਦੇ ਇੱਥੇ ਖਿੜੇ। ਹਾਂ ਸੋਹਣੇ ਲੱਗਦੇ ਨਹੀਂ, ਗੇਟ ਤੋਂ ਆਈਏ ਨਾ, ਕਿੰਨੇ ਸੋਹਣੇ ਲੱਗਦੇ ਫਿਰ ਫੁੱਲ ਖਿੜੇ। ਸਾਰੇ ਭਾਬੀ ਲੈਂਦੀ ਇੱਥੇ, ਆਪਾਂ ਤਾਂ ਪਹਿਲਾਂ ਕੋਈ ਲੈਂਦਾ ਹੀ ਨਹੀਂ ਹੁੰਦਾ ਫੁੱਲ। ਭਾਬੀ ਮੈਂ ਤਾਂ ਇੰਨੀ ਦੁਖੀ ਆ ਨਾ, ਬਹੁਤੀ ਜ਼ਿਆਦੀ, ਇੰਨੀ ਸਾਡੀ ਲੜਾਈ ਘੋਲ ਹੋਇਆ ਈ ਓ, ਤੇ ਇੰਨਾ ਮੈਨੂੰ ਕੁੱਟਿਆ ਮਾਰਿਆ ਈ ਉਹਨੇ। ਹੁਣ ਕਿਹੜੀ ਗੱਲੋਂ ਮਾਰਦਾ ਵਾ, ਕਿਉਂ ਲੜਦਾ ਵਾ? ਤੁਹਾਨੂੰ ਪਤਾ ਤੇ ਹੈਗਾ ਵਾ ਜਿੱਦਾਂ ਦਾ ਹੈਗਾ ਵਾ, ਤੇ ਪਹਿਲਾਂ ਤੁਸੀਂ ਘਰ ਨਹੀਂ ਵੇਖਿਆ, ਕੋਈ ਬੂਆ ਨਹੀਂ ਵੇਖਿਆ, ਤੇ ਮੈਨੂੰ ਦਾਦਾ ਸੁੱਟਣ ਦੀ ਕੀਤੀ, ਕੋਈ ਚੱਜ ਦਾ ਘਰ ਬੂਆ ਵੇਖ ਲੈਂਦੇ ਤੇ ਉੱਥੇ ਮੈਨੂੰ ਸੁੱਟ ਦਿੰਦੀ, ਹੁਣ ਮੈਂ ਤੇ ਨਸੀਤਾਂ ਭੋਗਣ ਡਈ ਆ। ਨਹੀਂ ਨਸੀਤਾਂ ਕਾਹਦੀਆਂ, ਉਦੋਂ ਪੈਲੀ ਬੰਨਾ ਵੇਖ ਲਿਆ, ਸਭ ਕੁਝ ਵੇਖ ਲਿਆ, ਆਂਦੇ ਸੀ ਇੰਨੀ ਇੱਟ ਸਟਾਈ ਆ, ਇਹਨਾਂ ਨੇ ਘਰ ਬਣਾ ਲੈਣਾ ਵਾ, ਹੁਣ ਸਾਨੂੰ ਕੀ ਪਤਾ ਸੀ ਇਸ ਗੱਲ ਦਾ, ਵੀ ਇਦਾਂ ਹੀ ਕਰਨੀ ਇਹਨੇ ਸਵਾ ਘਰ ਬਣਾ ਲੈਣਾ। ਪੈਲੀ ਕਿੰਨੀ, ਅੱਧਾ ਪੌਣਾ ਕਿੱਲਾ ਤੇ ਪੈਲੀ ਆ, ਤੇ ਨਾ ਉਹ ਘਰ ਦਾ ਹੀ ਕੋਈ ਕੰਮ ਕਰਦਾ, ਤੇ ਪੈਲੀ ਨੇ ਥੋੜਾ ਆਪੇ ਦੇਣਾ ਵਾ, ਉਹ ਤੇ ਜਾਊ ਪੈਲੀ ਚ ਵੱਢੂਗਾ, ਕੋ ਕਰੂਗਾ, ਤੇ ਫੇਰ ਹੀ ਪੈਲੀ ਕੋ ਕਰੂਗੀ। ਨਹੀਂ ਉਹ ਸ਼ਰਾਬ ਹੀ ਨਾ ਪੀਵੇ, ਨਸ਼ਾ ਹੀ ਨਾ ਕਰੇ ਕੋਈ, ਉਹ ਪੈਸੇ ਜਿਹੜੇ ਬਚਣਗੇ ਉਹਨਾਂ ਨਾਲ ਸਭ ਕੁਝ ਬਣ ਜਾਂਦਾ। ਮੈਂ ਤਾਂ ਇੰਨੀ ਤੰਗ ਆਈ ਆ ਨਾ, ਜਿਹੜਾ ਕੋਈ ਹਿਸਾਬ ਨਹੀਂ, ਮੈਂ ਬਾਲੇ ਵੀ ਉੱਤੋਂ ਡਿੱਗ ਗਏ ਆ, ਛੱਤਾਂ ਵੀ ਡਿੱਗ ਗਈਆਂ ਵਾ, ਹੁਣ ਮੈਂ ਕੀ ਕਰਾਂ, ਕਿਹੜੇ ਖੂਹ ਚ ਪਾਵਾਂ, ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਜਾਂ ਪਹਿਲੇ ਦਿਨੋਂ ਇੱਕ ਅੱਧਾ ਲੈਂਟਰ ਵਾਲਾ ਕਮਰਾ ਹੁੰਦਾ ਤੇ ਚੱਲ ਉੱਥੇ ਟਾਈਮ ਪਾਸ ਮੈਂ ਕਰਦੀ ਰਹਿੰਦੀ, ਹੈ ਵੀ ਬਾਲੇ ਵੀਰ ਕੀ ਸਲਾਵਾਂ ਕਰਨੀਆਂ, ਮੈਂ ਤੇ ਬੜੀ ਤੰਗ ਆ, ਤੇ ਮੈਂ ਤੇ ਆਈ ਤੁਹਾਡੇ ਵੱਲ, ਮੇਰੀ ਮਦਦ ਕਰੋ ਥੋੜੀ ਬਹੁਤੀ, ਤੇ ਮੇਰੇ ਤੇ ਬਾਲੇ ਡਿੱਗੇ ਆ ਕੋਠੇ ਦੇ। ਵੀਰ ਕੁੜੀ ਤੇ ਆਈ ਮਿਲਣ ਵਾਸਤੇ, ਘੜੀ ਮਾਂ ਪਿਓ ਨੂੰ ਮਿਲ ਲੈਣੀ ਤੇ ਪਿਓ ਨੇ ਤਮਾਸ਼ਾ ਲਾ ਲਿਆ, ਪਿਓ ਨੇ ਤੇ ਕੋ ਹੋਰ ਨਹੀਂ ਕੋ ਕੀਤਾ, ਤੇ ਕੁੱਟਣ ਮਾਰਨ ਡਿਆ ਪਿਆ, ਮੈਨੂੰ ਆਂਦਾ 500 ਰੁਪਇਆ ਦੇ, ਉਹ ਜਿਹਾ ਇੱਕ ਨਾਲ ਬੰਦਾ ਲਿਆ ਕੇ ਬਿਠਾ ਲਿਆ, ਆਖੇ ਮੈਨੂੰ ਹੁਣੇ 500 ਦੇ, ਤੇ ਮੈਂ 500 ਤੈਨੂੰ ਕਿੱਥੋਂ ਦਵਾਂ, ਤੇ ਇੰਨਾ ਇਹਨੇ ਤਮਾਸ਼ਾ ਲਾਇਆ ਜਿਹੜਾ ਕੋਈ ਹਿਸਾਬ ਨਹੀਂ। ਨਹੀਂ ਉਹਨੂੰ ਵੀ ਥੋੜੀ ਸਿਆਣਾ ਪਚਾਈਦੀ ਵੀ 500 ਤੂੰ ਮੰਗਣ ਡਿਆ, ਜੇ ਤੇ ਲਿਆਣ ਕੇ ਫੜਾਏ ਆ ਤੇ ਫਿਰ ਮੰਗ। ਉਹੀ ਨਾ ਆਂਦਾ ਮੈਂ ਜੱਟ ਨੇ ਕਮਾਈ ਕੀਤੀ, ਕਿਹੜੀ ਜੱਟ ਨੇ ਕਮਾਈ ਕੀਤੀ, ਜੱਟ ਦੀ ਕਮਾਈ ਹੁੰਦੀ ਤਾਂ ਅੱਜ ਕੋਠੇ ਨਾ ਪਏ ਹੁੰਦੇ। ਮੈਂ ਨਾ ਬੜੀ ਮੂੰਹ ਹੁਣ ਕਹਿੰਦਾ ਕੀ ਆ ਤੈਨੂੰ, ਮੇਨ ਗੱਲ ਕੀ ਆ, ਲੜਾਈ ਜਾਰੀ ਕਿਹੜੀ ਗੱਲੋਂ ਆ? ਲੜਾਈ ਕੋ ਨਹੀਂ, ਮੈਂ ਆਖਿਆ ਚੱਲ 2 ਕੋਠੇ ਪਾ ਲਾ ਤੇ ਕੋਈ ਕੰਮ ਧੰਦਾ ਕਰ, ਤੇ ਅਗਾੜੀਓਂ ਕਹਿੰਦਾ ਕੰਜਣਾ ਕੋ ਪੈਸੇ ਲਿਆ ਤੇ ਕੋਠੇ ਪਾ, ਮੈਂ ਕੀ ਦੱਸਾਂ, ਤੇ ਮੈਂ ਤਾਂ ਇੰਨੀ ਦੁਖੀ, ਮੈਂ ਅੰਮ੍ਰਿਤ ਨੂੰ ਆਖਿਆ ਚੱਲ ਮਾਮੇ ਤੇਰੇ ਕੋ ਥੋੜੇ ਬਹੁਤੇ ਪੈਸੇ ਲੈ ਆਉਣੀ ਕੋ, ਥੋੜੇ ਬਹੁਤੇ ਮੈਂ ਅੰਮ੍ਰਿਤ ਨੂੰ ਆਖਿਆ ਤੂੰ ਦੇ ਵੀ ਥੋੜੇ ਬਹੁਤੇ, ਮੈਂ 10-20 ਹਜ਼ਾਰ ਰੁਪਇਆ ਮੈਂ ਇਕੱਠਾ ਕੀਤਾ ਚੋਰੀ ਉਹਦੇ ਤੋਂ, ਤੇ ਮੈਂ ਚੱਲ 50 ਨਹੀਂ, ਨਾਲੇ ਸਾਨੂੰ ਗਾਲਾਂ ਕੱਢਦਾ ਤੇ ਨਾਲੇ ਸਾਡੇ ਕੋ ਪੈਸੇ ਮੰਗਦਾ, ਪਰ ਦੋ ਦੋ ਕੰਮ ਕਿੱਦਾਂ ਹੋਣੇ? ਕੰਜਰ ਕਹਿੰਦਾ ਸਾਨੂੰ ਵੀ ਕੰਜਰਾਂ ਕੋ ਪੈਸੇ ਮੰਗਦਾ, ਹਾਂ ਨਾ ਕੰਜਰਾਂ, ਤੇ ਮੈਂ ਆਖਿਆ ਤੂੰ ਕਮਾਉਣ ਵਾਲਾ ਹੁੰਦਾ ਤੇ ਮੈਨੂੰ ਕੀ ਲੋੜ ਹੀ ਮੰਗਣ ਦੀ, ਹੁਣ ਹੱਥ ਡਾਉਣ ਵਾਲੀ ਗੱਲ ਹੋ ਗਈ, ਭਾਬੀ ਹੁਣ ਮੈਂ ਕੀ ਕਰਾਂ? ਉਹ ਤੇ ਚੱਲ ਕੋਈ ਨਹੀਂ, ਹੱਥ ਡਾਉਣ ਵਾਲੀ ਕੋਈ ਭੈਣ ਭਰਾ ਇਸ ਤੋਂ ਕੰਮ ਆਉਂਦੇ ਹੁੰਦੇ ਆ, ਕੋਈ ਗੱਲ ਨਹੀਂ ਗੀ, ਪਰ ਹੁਣ ਤੇਰੇ ਸਾਹਮਣੇ ਇਹ ਆ ਵੀ ਸੋਨੂੰ ਦਾ ਵਿਆਹ ਆਇਆ, ਸੋਨੂੰ ਦਾ ਵਿਆਹ ਵਾ, ਤੇ ਤੁਸੀਂ ਮੈਨੂੰ ਕਿਹੜਾ ਦੱਸਿਆ ਸੋਨੂੰ ਦਾ ਵਿਆਹ, ਭੂਆ ਮਾੜੀ ਹੋ ਗਈ, ਫਿਰ ਇੱਕ ਬੰਨੇ ਮੈਨੂੰ ਉਧਰੋਂ 66 ਤੇ ਇੱਕ ਬੰਨੇ ਤੁਸੀਂ ਦੱਸਦੇ ਨਹੀਂ ਕੋਹ ਮੈਨੂੰ। ਮੈਂ ਵੀ ਜਦੋਂ ਮਨਜੋਤ ਦਾ ਵਿਆਹ ਅਸੀਂ ਪਹਿਲਾਂ ਦੱਸਿਆ ਸੀ ਨਾ, ਆਵੇ ਰਘਵੀਰ ਹੁਣੀ ਗਏ ਸੀ ਤੇ ਉਹਨਾਂ ਨੇ ਗਾੜੀਓ ਹੋ ਕੇ ਤੇ ਉਹਨਾਂ ਸਿਰਕੋ ਉਹਨਾਂ ਤੁਸੀਂ ਇੱਥੇ ਆ ਗਏ ਲੋ ਭਗਤਾਂ ਦੇ ਪਿੰਡ ਆਏ ਹੋਣ, ਉਹਦੀ ਤੇ ਫੇਰ ਲਾਤ ਉੱਤੇ ਹੋਣੀ, ਆਖਾਂ ਤੈਨੂੰ ਕਿਹੜਾ ਦੱਸਿਆ, ਉਹਨੇ ਤਾਂ ਪਾ ਲੈਣਾ ਪੁਆੜਾ, ਇਹ ਤੇ ਨਾ ਉਹ ਗੱਲ ਕਰ, ਉਹਨਾਂ ਦੀ ਸੋਚ ਵਾ ਨਾ ਉਹਦੀ, ਤੇਰੇ ਵੀਰ ਦੀ ਗੱਲ ਸੁਣੋ, ਜਦੋਂ ਮਨਜੋਤ ਦਾ ਵਿਆਹ ਸੀ ਤੈਨੂੰ ਪਹਿਲਾਂ ਦੱਸ ਕੇ ਆਏ ਤੇ ਲੀੜਾ ਲੱਤਾ ਵੇ ਸੋਹਣਾ ਤੁਹਾਨੂੰ ਪਹਿਲਾਂ ਬਣਾ ਕੇ ਦਿੱਤਾ ਵੀ ਜਦੋਂ ਵਿਆਹ ਆਉਣਾ ਵਾ ਇਹੋ ਲੀੜੇ ਪਾ ਕੇ ਆਇਓ, ਤੁਹਾਨੂੰ ਖਰਚਾ ਨਾ ਕਰਨਾ ਪਵੇ। ਹੁਣ ਸੋਚ ਇਹਨਾਂ ਦੀ ਆ, ਬਲਜੀਤ ਹੁਣਾਂ ਦੀ, ਕਿੱਦਾਂ ਤੁਹਾਨੂੰ ਕਹਿਣਾ ਕਿੱਦਾਂ ਨਹੀਂ ਕਹਿਣਾ, ਜੇ ਸਾਰੀਆਂ ਗੱਲਾਂ ਅਸੀਂ ਬਲਜੀਤ ਨੂੰ ਦੱਸੀਏ, ਫਲਾਣੇ ਵੱਲ ਜਾ, ਟਮਕਾਣੇ ਵੱਲ ਜਾ, ਅਗਲੀ ਨੇ ਕਹਿਣਾ ਭੈਣ ਜੀ ਤੂੰ ਆਪਣਾ ਕਰ ਲਿਆ ਵਾ, ਤੂੰ ਰਮਾਨ ਨਾ ਬਹੁ,
ਆਪਣੀ ਧੀ ਦੇ ਵਿਆਹ ਨੂੰ ਜੋ ਮਰਜ਼ੀ ਦੱਸੀ ਮੈਨੂੰ ਜੋ ਮਰਜ਼ੀ ਮੇਰੀ ਆ ਮੈਨੂੰ ਕਰਨ ਦੇ ਨਾਲੇ ਮੈਨੂੰ ਪਤਾ ਹੁੰਦਾ ਨਾ ਕੋਈ ਸੂਟ ਸਵਾ ਲੈਂਦੀ ਮੇਰੇ ਕੋਲ ਤੇ ਲੀੜੇ ਆਹੋ ਹੀ ਆ ਜਿਹੜੇ ਘਸੇ ਮੂਸੇ ਮੈਂ ਹੁਣ ਕੀ ਕਰਨਾ ਚੁੰਨੀ ਜਿਹੜਾ ਬਈ ਕਿਤੇ ਕਰਨਾ ਹੁੰਦਾ ਨੇ ਉਹਨਾਂ ਨੇ ਕਿਹੜਾ ਕੀ ਕਰਨਾ ਤੇ ਕੀ ਨਹੀਂ ਕਰਨਾ ਪਰ ਖਰਚਾ ਤੇ ਉਹਨਾਂ ਹੀ ਹੋਣਾ ਵਾ ਨਾ ਖਰਚਾ ਹੋ ਜਾਣਾ ਹੁਣ ਪੈਸੇ ਹੋਣਗੇ ਤੇ ਉਹਦਾ ਸੂਟ ਸਵਾਉਂਗੀ ਮੈਂ ਆਪਣਾ ਸਵਾਉਂਗੀ ਕੀ ਕਰੂੰਗੀ ਹੁਣ ਪੈਸੇ ਤੇ ਕੋਲ ਨਹੀਂ ਹੈਗੇ ਮੈਂ ਤਾਂ ਤੁਹਾਡੇ ਵੱਲ ਆਈ ਮੈਨੂੰ 2 ਲੱਖ ਰੁਪਇਆ ਦਿਓ ਮੈਂ ਛੱਤ ਪਾ ਲਾਂ ਹਾਂ ਵੀਰੋ ਮੈਂ ਤੁਹਾਡੇ ਕੋਲ ਮੰਗਣੇ ਕਿੱਥੋਂ ਮੰਗਾ ਹੁਣ ਮੈਂ ਕਿਹਦੇ ਵੱਲ ਜਾਵਾਂ ਭੈਣ ਭਰਾ ਹੀ ਕੰਮ ਆਉਂਦੇ ਆ 2 ਲੱਖ ਰੁਪਇਆ ਬੜਾ ਹੋਵਾ ਪਰ ਇਹ ਆ ਵੀ ਸਾਨੂੰ ਗੱਲ ਵੀ ਵੇਖੋ ਨਾ ਅਰੇ ਆ ਵੀ ਕੋਈ ਨਹੀਂ ਥੋੜਾ ਬਹੁਤ ਅਸੀਂ ਕਰਾਂਗੇ ਵੀ ਚਲੋ ਤੁਹਾਡਾ ਤੇ ਕਮਰ ਘਰ ਘੁਰ ਵਧੀਆ ਬਣਿਆ ਚਲੋ ਮੇਰਾ ਵੀ ਤੇ ਇੱਥੇ ਹੱਕ ਹੈਗਾ ਵਾ ਇਹ ਘਰ ਦੇ ਵਿੱਚ ਹੱਕ ਆ ਕੇ ਹੱਕ ਉਹ ਨਹੀਂ ਕੋਈ ਗੱਲ ਹੈਗੀ ਤੋ ਭਰਾ ਹੀ ਮਜ਼ਤ ਕਰਨਗੇ ਤੇ ਫੇਰ ਹੀ ਆ ਬਾਕੀ ਰਾਜ ਹੁਣ ਉਹਨਾਂ ਨੂੰ ਵੀ ਤੇ ਪੈਸੇ ਦੇਣੇ ਪੈਣੇ ਆ ਨਾ ਭਾਵੇਂ ਚਲੋ ਜਿੱਦਾਂ ਮਰਜ਼ੀ ਆ ਆਓ ਮੰਗਣ ਦੇ ਉਹਨਾਂ ਨੂੰ ਵੀ ਦੇਣੇ ਆ ਤੇ ਬੜਾ ਇਦਾਂ ਮੁਸ਼ਕਲ ਜਿਹਾ ਹੋ ਗਿਆ ਕੋਈ ਨਹੀਂ ਚਲ ਕਰਾਂਗੇ ਤੂੰ ਚਿੰਤਾ ਨਾ ਕਰ ਥੋੜਾ ਬਹੁਤਾ ਦਵਾਂਗੇ ਅਸੀਂ ਤੈਨੂੰ ਪੈਸੇ ਥੋੜਾ ਬਹੁਤਾ ਨਹੀਂ ਵੀਰ ਜ਼ਿਆਦਾ ਕਰ ਮੇਰੇ ਕੋਠੇ ਪਾ ਦੇ ਇੱਕ ਵਾਰੀ ਮੈਂ ਵੀ ਆਪਣੇ ਘਰ ਵਾਲੀ ਬਣ ਜਾ ਮੈਂ ਤੇ ਬੜੀ ਤੰਗ ਹੀ ਹੋ ਕੋਠੇ ਤੇ ਪਮੀ ਮਗਰੋਂ ਦਾ ਤੇ ਚੋਣ ਪਹਿਲਾਂ ਲੱਗ ਪੈਂਦੇ ਆ ਤੇ ਪਰ ਇਹ ਗੱਲ ਵਾ ਨਾ ਹੁਣ ਸੋਨੂ ਦਾ ਵਿਆਹ ਕਰਕੇ ਤੈਨੂੰ ਹੀ ਕਹਿਣ ਡਏ ਆ ਥੋੜੇ ਆ ਨਹੀਂ ਤੇ ਉਧਰ ਚਲੋ ਤੂੰ ਜਿਆਦਾ ਲੈ ਜਾਂਦੀ ਕੋਈ ਗੱਲ ਨਹੀਂ ਨਹੀਂ ਰਗਵੀਰ ਕੋ ਪੈਲੀ ਆ ਗਈ ਰਗਵੀਰ ਦੇ ਘਰ ਵੀ ਸਭ ਕੁਝ ਆ ਹੁਣ ਤੂੰ ਹੀ ਦੇ ਕੇ ਥੋੜਾ ਵਿਆਹ ਕਰਨਾ ਵਾ ਸਭ ਕੁ ਹੈਗਾ ਵਾ ਮੰਨਦਾ ਵਾ ਤੈਨੂੰ ਪਤਾ ਵਿਆਹਾਂ ਦੇ ਖਰਚਾ ਬੜਾ ਹੁੰਦਾ ਵਾ ਮੈਂ ਹੁਣ ਝੋਨਾ ਪੈਲੀਆਂ ਚ ਜੱਟਾਂ ਦੀ ਸਾਡੇ ਵਰਗਿਆਂ ਦੀ ਵੀ ਤੇ ਉਹ ਪੈਲੀਆਂ ਤਾਂ ਕਿ ਆਰਤੀਆਂ ਤਾਂ ਕੀ ਆ ਸਾਡੀ ਦੌੜੇ ਕਾੜਦੀ ਹੈ ਤੱਕ ਤੇ ਝੋਨੇ ਹੀ ਲੈਣੇ ਪੈਸੇ ਆਪਾਂ ਉਹ ਦੂਜਾ ਰਗਵੀਰ ਦਾ ਉਹ ਸੋਨੂੰ ਵੀ ਉਹ ਵੀ ਵਿਹਲਾ ਹੀ ਆ ਤੇ ਹਵਾਈ ਦੇ ਫਿਰ ਤੇ ਮੈਂ ਤੇ ਆਈ ਆਸ ਮੈਂ ਤੇ ਬੜੀ ਆਸ ਤੇ ਆਈ ਮੈਂ ਤਾਂ ਲੱਖ ਉਹਦੇ ਕੋਲ ਲਿਆਉਣੀ ਲੱਖ ਵੱਡੇ ਵੀਰ ਕੋਲ ਲਿਆਉਂਗੀ ਚਲ ਮੈਂ ਘਰ ਬਣਾ ਲਾਂ ਥੋੜੀ ਬਹੁਤੀ ਛੱਤ ਪਾ ਲਾਂ ਚਲ ਉਹ ਜੀ ਅਮਰਤ ਆਖਣੀ ਥੋੜੇ ਬਹੁਤੇ ਮੰਮੀ ਮੈਂ ਕਰ ਦੇਣੀ ਆ ਮੈਂ ਚਾ ਥੋੜੇ ਬਹੁਤੇ ਮੈਂ ਰੱਖੇ ਚਲ ਉਹ ਕਰਕੇ ਤੇ 2 ਕਮਰੇ ਪਾ ਲੈਣੀ ਲੈਂਟਰ ਵਾਲੇ ਤੇ ਉਹ ਗਾੜੀ ਉਹ ਕਹਿੰਦਾ ਜੱਟ ਦੀ ਕੋਠੀ ਪੈਣੀ ਜੱਟ ਦੀ ਕੋਠੀ ਪੈਣੀ ਮੈਨੂੰ ਤੇ ਆਸ ਨਹੀਂ ਆ ਕੋਠੀ ਪੈਣੀ ਉਹ ਤੇ ਫਿਰ ਗੱਲਾਂ ਨਾਲ ਕੋਠੀ ਪਾਉਣ ਡਿਆ ਤੇ ਸੁਪਨੇ ਸਜਾਉਣ ਡਿਆ ਵਾ ਹੱਥੀ ਕੰਮ ਕਰੋ ਤੇ ਸਾਰੇ ਕੰਮ ਹੁੰਦੇ ਆ ਤੇ ਜੇ ਹੁਣ ਤੁਸੀਂ 2 ਲੱਖ ਨਾ ਦਿੱਤਾ ਤੇ ਫੇਰ ਕੀਤੀ ਨਹੀਂ ਤੇ ਸ਼ਰਾਬ ਵੀ ਪੀ ਛੱਡੀ ਆ ਨਸ਼ੇ ਹੀ ਕਰ ਛੱਡੇ ਉਹਨੇ ਕੀਤਾ ਕੰਮ ਉਹੀ ਨਾ ਉਹ 3-4 ਜਣੇ ਰਲੇ ਆ ਤੇ ਆਉਂਦੇ ਆ ਤੇ ਉਹ ਉਧਰੋਂ ਵੀ ਲੈ ਆਉਂਦੇ ਉਧਰ ਵੀ ਲੈਂਦੇ ਖਾਈ ਜਾਂਦੇ ਚਲ ਵੇਖ ਲਓ ਜਿੰਨੇ ਕਿ ਜੋਗੇ ਤੁਸੀਂ ਆ ਗਏ ਉਹਨੇ ਕਿ ਦੱਸ ਦੋ ਉਹਨੂੰ ਰਾਜ ਡੱਬਰ ਵੱਲ ਨਹੀਂ ਵੇਖਿਆ ਤੇ ਆਪਣਾ ਢੇਡੀ ਘੜੀ ਰੱਖਿਆ ਹੈ ਮੈਂ ਤਾਂ ਨਹੀਂ ਕੁੜੀ ਵਿਚਾਰੀ ਦਾ ਭਾਰਾ ਲੱਥ ਗਿਆ ਚੰਗਿਆਂ ਸਮਿਆਂ ਦੇ ਵਿੱਚ ਤੇ ਚੱਲ ਆਪਣੇ ਘਰ ਚਲ ਗਈ ਆ ਨਹੀਂ ਤਾਂ ਉਹਦਾ ਵਿਆਹ ਕਰਨਾ ਬੜਾ ਮੁਸ਼ਕਲ ਹੋ ਜਾਣਾ ਸੀ ਮੈਨੂੰ ਓਏ ਆ ਗਿਆ ਆਵਾਜ਼ ਪਈ ਲੱਗਦੀ ਕਿਸੇ ਦੀ ਚਲ ਕੋਈ ਨਹੀਂ ਚਿੰਤਾ ਨਾ ਕਰ ਤੂੰ ਚੱਲ ਵੀਰ ਕੋ ਨਾ ਕੋ ਥੋੜਾ ਬੂਤਾ ਕਰਾਂਗੇ ਆਹੋ ਕੋਈ ਕਰਨਾ ਵਾ ਜਿੰਨੇ ਕੇ ਜੋਗੇ ਹੋਵਾਂਗੇ ਕਰਾਂਗੇ ਕੋਈ ਨਹੀਂ ਤੈਨੂੰ ਕਿਹੜਾ ਵੀ ਜਵਾਬ ਦਿੱਤਾ ਵਾ ਕਿਸੇ ਗੱਲ ਦਾ ਤੇ ਕੋਈ ਨਹੀਂ ਹੌਲੀ ਹੌਲੀ ਕਰ ਲੋ ਕੋਹ ਝੋਨੇ ਦੇ ਮੁੜ ਕੇ ਆ ਜਾਣੇ ਫੇਰ ਬਾਅਦ ਚ ਹੋਰ ਦੇ ਦਾਂਗੇ ਥੋੜੇ ਬਹੁਤ ਨਾਲੇ ਭਾਬੀ ਤੈਨੂੰ ਹੀ ਆਖਣਾ ਮੈਂ ਤੂੰ ਵੱਡੀ ਤੂੰ ਆ ਉਹ ਤਾਂ ਮਾਵਾਂ ਦੇ ਬਰਾਬਰ ਚੰਗੇ ਗਏ ਹੀ ਆਉਣ ਦਾ ਨਾਂ ਹੀ ਨਹੀਂ ਲੈਂਦੇ ਫੋਨ ਕਰਕੇ ਪੁੱਛਾਂ ਹੈਲੋ ਡੈਡੀ ਕਿੱਥੇ ਚਲ ਗਏ ਤੁਸੀਂ ਘਰ ਆ ਜਾਓ ਭਰਾਵਾ ਵਿਆਹ ਕਹਦਾ ਮੇਰਾ ਵਿਆਹ ਹੀ ਕੈਂਸਲ ਕਰ ਦਿਓ ਤੁਸੀਂ ਉਹ ਤੇ ਜੇ ਆਈ ਨਹੀਂ ਤੁਸੀਂ ਵੀ ਘਰ ਛੱਡਤਾ ਉਹਦੇ ਹੁੰਦੇ ਏਦਾਂ ਕਰੋਗੇ ਤੇ ਲੋਕਾਂ ਕਹਿਣਾ ਖਰੇ ਨੂੰਹ ਕੱਢ ਛੱਡਦੀ ਹੈ ਤੁਰੇ ਰਹਿੰਦੇ ਉਹ ਵਿਆਹ ਠੀਕ ਆ ਸੁਨਾਹ ਦੇਣੇ ਆ ਸੁਨਾਹ ਦੇ ਕੇ ਤੁਰੇ ਤੁਰੇ ਵੀ ਪਿਆ ਕਰੋਗੇ ਰਹਿ ਹੀ ਪੈਂਦੇ ਤੁਸੀਂ ਜਿੱਥੇ ਜਾਂਦੇ ਜੇ ਆਹੋ ਆ ਜਾਓ ਟਾਈਮ ਨਾਲ ਉਹ ਨਾਲੇ ਭੂਆ ਵੱਲ ਨਾ ਜਾਇਓ ਸੱਚ ਭੂਆ ਇੱਥੇ ਆਈ ਆ ਉਦਾਂ ਆਈ ਹੋਣੀ ਆ ਅੰਮ੍ਰਿਤ ਵੀ ਆਈ ਨਾਲ ਆਹ ਕਹਿਣ ਡੀ ਅੰਮ੍ਰਿਤ ਕਹਿਣ ਡੀ ਮੈਂ ਹੋ ਕੇ ਆਉਣਾ ਦੋਵੇਂ ਜਣੀ ਆਈ ਆ ਆਹ ਨਾ ਜਾਇਓ ਫਿਰ ਕੇ ਆ ਜਾਇਓ ਤੁਸੀਂ ਜੇ ਜਾਣਾ ਵੀ ਆਇਆ ਫਿਰ ਬਾਅਦ ਚ ਚਲ ਜਾਓ ਕਿਤੇ ਚਲੋ ਠੀਕ ਆ ਫਿਰ ਚੰਗਾ ਵਾ ਤਾਇਆ ਹੁਣ ਤੋਂ ਇਹਨੇ ਵੇਲ ਮਿਲਦਾ ਹੁਣ ਅੱਜ ਕੱਲ ਉਹ ਤਾਇਆ ਤੈਨੂੰ ਕਾਹਦਾ ਸ਼ੱਕ ਪੈ ਗਿਆ ਮੈਂ ਕਿ ਹੋਰ ਨੂੰ ਵੀ ਲਾਣਾ ਤੈਨੂੰ ਇਦਾਂ ਲੱਗਦਾ ਜਿਹਦਾ ਉੱਥੇ ਲਾਇਆ ਮੈਂ ਉਹਦਾ ਹੋਰ ਕਿਸੇ ਨੂੰ ਲੱਗ ਹੀ ਨਹੀਂ ਸਕਦਾ ਫੋਨ ਜੇ ਹੋਰ ਕਿਸੇ ਨੂੰ ਲਾਉਣਾ ਹੋਵੇ ਬੰਦਾ ਪੱਖੇ ਥੱਲੇ ਲਾਉਂਦਾ ਹੋਰ ਕਿਸੇ ਨੂੰ ਕਿਉਂ ਨਹੀਂ ਲੱਗਦਾ ਤੇ ਏਸੀ 'ਚ ਬਹਿ ਕੇ ਲਾਉਂਦਾ ਤੇ ਜਦੋਂ ਉਧਰ ਲੱਗਦਾ ਹੋਵੇ ਉਦੋਂ ਫਿਰ ਬੰਦਾ ਧੁੱਪ ਛਾਂ ਨਹੀਂ ਵੇਂਦਾ ਨਾ ਗਰਮੀ ਲੱਗਦੀ ਹੁੰਦੀ ਆ ਉਹ ਜਦੋਂ ਹੁਣ ਵੇ ਤੂੰ ਧੁੱਪੇ ਖਲੋਤਾ ਵੇਖ ਨਾਲੇ ਮੁੜਕਾ ਪੁੰਜੀ ਜਾਂਦਾ ਨਾਲੇ ਫੋਨ ਲਾਇਆ ਇਹ ਉਹ ਤਾਇਆ ਤੈਨੂੰ ਹੋ ਗਿਆ ਵਹਿਮ ਨਹੀਂ ਨਹੀਂ ਤੇ ਵਹਿਮ ਦਾ ਇਲਾਜ ਹੁੰਦਾ ਕੋਈ ਨਹੀਂ ਉਹ ਨਹੀਂ ਨਹੀਂ ਪੁੱਤ ਤਾਂ ਸਾਡੇ ਸੋਨੂ ਦਾ ਵਿਆਹ ਤੇ ਸਾਨੂੰ ਗੋਡੇ ਗੋਡੇ ਚਾ ਟੋਕਰਾ ਲੈ ਕੇ ਜਾ ਤੇ ਡੰਗਰਾਂ ਨੂੰ ਪੱਠੇ ਪਾ ਤੇ ਲੱਗਾ ਪਾਉਣ ਪੁੱਤ ਓਏ
ताया जंगता इन वहम नहीं ले लेना ਵੱਡੀ ਵੇਲੀ ਹੈ ਜਿਹੜੀ ਫੋਨ ਤੇ ਲੱਗੀ ਰਹਿੰਦੀ ਪੈਂਦਾ ਕੀ ਗੱਲਾਂ ਕਰੀ ਜਾਂਦਾ ਵਾ ਕੁਛ ਨਹੀਂ ਤੂੰ ਸਫਾਈਆਂ ਕਰੀ ਜਾਣਿਆ ਭਰਾਵਾ ਕੰਮ ਕੁੰਮ ਕਰ ਲਾ ਕੇ ਨਾਲੇ ਉਹਨੂੰ ਕੰਮ ਕਰ ਲੈਂਦੇ ਕਿਹਨੂੰ ਨਾਲ ਦੀ ਆਪਣੀ ਨੂੰ ਤੇ ਮੈਂ ਕਿਹੜੇ ਉਹਦੇ ਹੱਥ ਬੰਨੇ ਆ ਪੱਖੂ ਬੂਟੇ ਲਗਾ ਲੈਣੇ 24 ਘੰਟੇ ਉਹ ਭਰਾਵਾ ਤੁਹਾਨੂੰ ਪਿਓ ਪੁੱਤਾਂ ਨੂੰ ਵਹਿਮ ਨੇ ਖਾ ਲੈਣਾ ਵਾ ਮੈਂ ਉੱਥੇ ਨਹੀਂ ਡਿਆ ਹਾਂ ਮੈਂ ਤੇ ਡਿਆ ਤੇਰੇ ਚਾਚੀ ਚਾਚੇ ਨੂੰ ਉਹਨਾਂ ਨਾਲ ਕੀ ਕੰਮ ਪੈ ਗਿਆ ਕੰਮ ਉਹਨਾਂ ਨਾਲ ਕੀ ਪੈਣਾ ਵਾ ਵਿਆਹ ਕਾਦਾ ਰੱਖਿਆ ਉਹਦੇ ਦੋਵੇਂ ਜੀ ਘਰ ਹੀ ਨਹੀਂ ਵੜਦੇ ਤੂੰ ਕਾਰਡ ਕੋਟ ਦੇਣ ਗਏ ਆ ਕਾਰਡ ਦੇਣ ਨੂੰ ਇੰਨਾ ਟਾਈਮ ਲੱਗਦਾ ਭਲਾ ਤੇ ਹੋਰ ਭਰਾਵਾ ਰਿਸ਼ਤੇਦਾਰ ਗੁੱਸਾ ਕਰ ਜਾਂਦੇ ਤੇ ਚੰਗੀ ਤਰ੍ਹਾਂ ਨਾ ਆਖੀਏ ਦੇ ਵਿਆਹ ਇੰਨਾ ਟਾਈਮ ਪੜ ਕੇ ਵੀ ਦੇਣਾ ਹੋਵੇ ਨਾ ਪੜ ਕੇ ਵੀ ਸੁਣਾਉਣਾ ਹੋਵੇ ਉਹਨਾਂ ਨੂੰ ਤੇ ਤਾਂ ਵੀ ਨਹੀਂ ਇੰਨਾ ਟਾਈਮ ਲੱਗਦਾ ਉਹ ਯਾਰ ਮੇਨ ਜਿਹੜੇ ਹੁੰਦੇ ਨਾ ਚਾਰ ਉਹਨਾਂ ਨੂੰ ਜਾਣਾ ਪੈਂਦਾ ਵਾ ਉਹ ਜਾਣਾ ਤੇ ਪੈਂਦਾ ਬੰਦਾ ਜਾਵੇ ਘੜੀ ਦੀ ਘੜੀ ਘਰ ਨੂੰ ਤੇ ਆਵੇ ਹੁਣ ਕੀ ਆਂਦੇ ਆ ਅਜੇ ਤੇ ਪੀ ਪਤਾ ਆਂਦੇ ਆ ਜੰਨੇ ਆ ਦਾ ਜੰਨੇ ਇਦਾਂ ਕਰੀ ਜਾਂਦੇ ਈ ਉਹ ਜੇ ਟਾਈਮ ਨਾ ਹੈ ਵਿਹਲੇ ਹੋ ਗਏ ਫਿਰ ਆ ਜਾਾਂਗੇ ਚਲ ਠੀਕ ਆ ਉਹ ਪੱਕਾ ਪਤਾ ਨਹੀਂ ਕਿ ਆਉਂਦੇ ਕਿ ਨਹੀਂ ਆਉਂਦੇ ਚਲ ਆਉਣਗੇ ਠੀਕ ਆ ਨਹੀਂ ਤੂੰ ਵੀ ਠੀਕ ਆ ਤਾਂ ਕੰਮ ਕਰਾਂ ਮੈਂ ਨਾ ਮੈਂ ਵੱਜਾਂ ਸਾਏ ਆ ਚੰਗਾ ਐਵੇਂ ਨਾ ਲਾ ਮੈਨੂੰ ਫਾਏ ਆ ਚੰਗਾ ਬਾ ਨਹੀਂ ਹੋ ਬਾਨਾ ਕਰਦਾ ਤੂੰ ਨਹੀਂ ਵੱਜਾ ਤੇ ਮੈਂ ਕੰਮ ਕਰਦਾ ਹੀ ਭਰਾਵਾ ਕਦੋਂ ਤੈਨੂੰ ਮੈਂ ਕਿਹਾ ਨਹੀਂ ਵੀ ਤੂੰ ਨਾ ਕਰਿਆ ਕਰ ਤੂੰ ਤੇ ਆਪੇ ਕਰਨਾ ਹੈ ਚਲ ਠੀਕ ਆ ਜਾ ਅੰਦਰ ਫੇ ਆਹਾਂ ਤੇ 4 ਦਿਨ ਮੌਜਦੇ ਆ ਲੰਮੇ ਪੈ ਜਾ ਕੇ ਫੇ ਆ ਰੰਗ ਵਾਲਾ ਹੋਣਾ ਬਾਰ ਇਹ ਵੀ ਗੱਲ ਤੇਰੀ ਇਹ ਵੀ ਸਹੀ ਹੋ ਮੈਂ ਤੇ ਸੋਚਿਆ ਹੀ ਨਹੀਂ ਆ ਚੰਗਾ ਸਲਾਹ ਦੇਤੀ ਆ ਹਾਂ ਮੈਂ ਕਰ ਲੈਣਾ ਆਪੇ ਉਹ ਵਾਕਿਆ ਯਾਰ ਆ ਗੱਲ ਠੀਕ ਹੈ ਤੇਰੀ ਵੀ ਫਿਰ ਪੱਕਾ ਗਾਉਣ ਨਹੀਂ ਪਾਉਣੇ ਨਾ ਵਿਆਹ ਤੇ ਹਾਂ ਹਾਂ ਮੈਂ ਸੁੱਖ ਨੇ ਤੂੰ ਹੋ ਗਈ ਤੇ 4-5 ਜਣੀਆਂ ਹੋਰ ਹੋ ਜਣੀਆਂ ਤੇ ਜਾਗੋ ਵਾਲੇ ਦਿਨ ਆਪਾਂ ਲਹਿੰਗੇ ਪਾਉਣੇ ਆ ਠੀਕ ਆ ਫੇਰ ਹੀ ਸੋਹਣਾ ਲੱਗਦਾ ਹਨਾ ਆਪਣਾ ਸਾਰੇ ਇੱਕੋ ਜਿਹਾ ਲੱਗਣ ਗਿਆ ਸੋਹਣਾ ਲੱਗਣਾ ਟ੍ਰੈਡੀਸ਼ਨਲ ਜੀ ਲੁੱਕ ਹੋਵੇ ਫਿਰ ਵਧੀਆ ਲੱਗਦਾ ਹੈ ਹਾਂਜੀ ਹੂੰ ਮੰਮੀ ਚੱਲੀਏ ਫਿਰ ਮੈਸੇਜ ਆਉਂਦਾ ਉਹਨਾਂ ਦਾ ਪਿੰਡ ਵੀ ਜਾਣਾ ਬਾਅਦ ਵਿੱਚ ਮੈਂ ਪਿੰਡ ਕੀ ਖੋਤ ਲੈਣ ਜਾਣਾ ਤੂੰ ਹੁਣ ਸਵੇਰੇ ਚੱਲ ਜੀ ਹਨੇਰਾ ਹੋ ਗਿਆ ਵਾ ਤੈਨੂੰ ਦੱਸ ਦੇ ਮੈਂ ਨਾਨਕੇ ਆਈ ਆ ਮੰਮੀ ਦੇ ਨਾਲ ਸਵੇਰੇ ਚੱਲ ਜਾ ਫਿਰ ਸਵੇਰੇ ਚੱਲ ਜੀ ਮੈਂ ਤੇ ਕਹਿੰਦੀ ਰਾਤ ਆ ਜੇ ਇੱਥੇ ਰਹਿ ਲਓ ਨਹੀਂ ਪੁੱਤ ਰਾਤ ਨਹੀਂ ਰਹਿਣਾ ਫੁੱਫੜ ਤੇਰਾ ਕੱਲਾ ਘਰ ਭਾਬੀ ਮੈਨੂੰ ਦੱਸਣਾ ਹੈ ਕੋਹਾ ਪੈਸਿਆਂ ਦਾ ਵੀਰ ਨੂੰ ਆਵਾਜ਼ ਮਾਰ ਅੱਛਾ ਕੋਈ ਨੀ ਮੈਂ ਮਾਰਦੀ ਹਾਂ ਆਵਾਜ਼ ਫਿਰ ਦੱਸ ਦਿੰਦੇ ਹਾਂ ਕਿੱਥੇ ਗਿਆ ਟੱਬਰ ਸਾਰਾ ਅਮਰ ਤੂੰ ਦੱਸ ਕੇ ਆਉਣੀ ਹੋ ਤੇ ਹੋਰ ਦੋ ਦਿਨ ਰਹਿ ਲੈਣੀ ਹੋ ਇੱਕ ਦਿਨ ਇੱਥੇ ਰਹਿਣੀ ਹੋ ਚਲੋ ਕੋਈ ਗੱਲ ਨਹੀਂ ਮਾਮੀ ਜੀ ਜਾਣਾ ਵੀ ਆ ਫਿਰ ਬੈਠੇ ਜਾਂ ਪਾਣੀ ਲੈ ਕੇ ਮੇਰਾ ਲਿਓਨੀ ਕੀ ਗੱਲਾਂ ਹੋਣੀਆਂ ਮੰਮੀ ਗੱਲਾਂ ਪੁੱਤ ਹੋਣੀਆਂ ਮੈਂ ਤੈਨੂੰ ਆਵਾਜ਼ ਮਾਰਨ ਚੱਲੀ ਹਾਂ ਆ ਭੂਆ ਤੁਹਾਡੀ ਆਈ ਪੈਸੇ ਮੰਗਦੀ 2 ਲੱਖ ਰੁਪਈਆ ਦੱਸਤੀ ਸਾਰੀ ਸਟੋਰੀ ਵੀ ਵਿਆਹ ਵਾ ਸੋਨ ਦਾ ਜੋ ਵੀ ਕੁਛ ਵਾ ਤੇ ਹੁਣ ਡੈਡੀ ਨੇ ਤਰ੍ਹਾਂ ਕਿਹਾ ਥੋੜੇ ਬੋਤੇ ਲਿਆ ਕੇ ਦਿੰਦੇ ਆ ਨਾ ਤੈਨੂੰ ਦੱਸਿਆ ਨਹੀਂ ਡੈਡੀ ਨੇ ਕੁਛ ਵੀ ਨਹੀਂ ਦੱਸਿਆ ਮੈਨੂੰ ਤੂੰ ਹੁਣ ਤੇ 5 ਵਜ ਗਏ ਮੈਂ ਕਿਹਾ ਬੰਦ ਹੋ ਗਈਆਂ ਤੇ ਮੈਂ ਤੇ ਆਖਣੀ ਥੋੜੇ ਬੋਤੇ ਦੇਣ ਦਿਓ ਤੇ ਮੈਂ ਜਾ ਕੇ ਕੰਮ ਸ਼ੁਰੂ ਕਰਦੀ ਭੂਆ 4 ਵਜੇ ਲੈਣ ਦੇਣ ਬੰਦ ਕਰ ਦਿੰਦੇ ਮੈਂ ਕਾਂ ਦੇ 4 ਵਜੇ ਕਰ ਦਿੰਦੇ ਰਾਜ ਤੇ ਫਿਰ ਕਦੋਂ ਦੋਗੇ ਮੈਂ ਤਾਂ ਮਾਂ ਪੀ ਦਵਾਂਗੇ ਤੁਹਾਨੂੰ ਦੇ ਦਾਂਗੇ ਚਾ ਸ਼ੁਗਰ ਰੱਬ ਦੀ ਘੜੀ ਨੂੰ ਤੁਸੀਂ ਆਓਗੇ ਨਾਲੇ ਮੈਨੂੰ ਮਿਲ ਗਏ ਲਾਇਓ ਤਾਂ ਨਾਲੇ ਪੈਸੇ ਦੇ ਕੇ ਆਇਓ ਨਹੀਂ ਆਵਾਂਗੇ ਆਪਾਂ ਦੋ ਜਣੇ ਤੇ ਦੇ ਕੇ ਥੋੜੇ ਜ਼ਿਆਦੇ ਆ ਮੇਰੇ ਕਮਰੇ ਪੈ ਜਣ ਹੁਣ ਜਿੰਨੇ ਸਾਡੇ ਬਹੁਤ ਦੇ ਦਾਂਗੇ ਕੋਈ ਨਹੀਂ ਚਲ ਭਾਬੀ ਪੈ ਜਣਗੇ ਤੇ ਚਲੋ ਬੈਠਾ ਖਲੋਤਾ ਸੋਹਣਾ ਲੱਗਦਾ ਵਾ ਭੈਣ ਭਰਾ ਆਇਆ ਆ ਨਹੀਂ ਨਹੀਂ ਪੈਸੇ ਲੱਗੇ ਨੇ ਫਿਰ ਦੇਖਦੇ ਆ ਪੈਸੇ ਲਾਏ ਆ ਤੇ ਆ ਚੀਜ਼ ਆਹੋ ਨਾਲੇ ਤੌਰ ਬਣਾਉਂਗੀ ਤੁਹਾਡਾ ਮੇਰੇ ਪੇਕਿਆਂ ਨੇ ਪੈਸੇ ਦਿੱਤੇ ਆ ਤੇ ਕਮਰੇ ਪੈ ਗਏ ਆ ਇਹ ਤੇ ਗੱਲ ਹੈ ਆ ਨਹੀਂ ਕੋਈ ਨਹੀਂ ਸਾਡਾ ਵੀ ਹੱਕ ਆ ਦੇਣ ਦਾ ਪੈਸੇ ਤੂੰ ਵਾਧੂ ਟੈਨਸ਼ਨ ਨਾ ਲਾ ਰਾਜ ਆ ਚਲ ਆ ਜੀ ਮਨਪ੍ਰੀਤ ਨੂੰ ਜ਼ਰੂਰ ਲੈ ਕੇ ਆਵੀਂ ਮੇਰਾ ਪੁੱਤ ਹੈ ਭਾਬੀ ਹੁਣ ਜਾਣੇ ਫਿਰ ਆਪਾਂ ਤੂੰ ਹਨਾ ਠੀਕ ਆ ਫਿਰ ਉਦਾਂ ਹੀ ਤੇ ਆਖਾ ਰਾਤ ਰਹਿ ਲਓ ਹੁਣ ਤੁਸੀਂ ਆਂ ਨਹੀਂ ਰਾਤ ਨਹੀਂ ਰਹਿਣਾ ਹੁਣ ਦੂਜੀ ਵਾਰ ਆਵਾਂਗੇ ਤੇ ਰਾਤ ਰਾਵਾਂਗੇ ਚਲ ਅਮਰਤ ਪੁੱਤ ਚਲੋ ਮੰਮੀ ਚਾ ਫੇ ਚਲੀ ਜਾਣਾ ਵਾ ਚਲੀ ਜਾਣਾ ਹੁਣ ਹੌਲੀ ਹੌਲੀ ਚੱਲੀਏ ਉਹਨੂੰ ਵੇਖੀਏ ਜਾ ਕੇ ਪਾਣੀ ਧਾਣੀ ਦਈਏ ਕਿ ਉਦਾਂ ਹੀ ਪਿਆ ਵਾ ਮਰਦੀ ਆ ਜਾ ਭੂਆ ਤੇ ਚੱਲੀਏ ਪੁੱਤ ਮੰਮੀ ਕੁੜੀ ਪੈ ਜਣੇ ਪੈਸੇ ਤਾਂ ਦੇਤੇ ਆ ਦੇਤੇ ਹਾਂ ਪੈਸੇ ਤਾਂ ਪਹਿਲਾਂ ਫੜਾਤੇ ਹੀਗੇ ਅੱਗੇ ਵੀ ਤਿਆਰ ਹੋਈਆਂ ਨਹੀਂ ਪਰ ਫੇਰ ਆਖਿਆ ਨਾ ਪੈਸਿਆਂ ਦੀ ਗੱਲਬਾਤ ਕਰ ਲੈਂਦੇ ਤੇ ਰੁਕ ਜਾਓ ਜਰਾ ਕ ਦੱਸਿਆ ਹੀ ਲੇਟ ਨਾ ਫਿਰ ਉਹ ਬੈਂਕਾ ਬੰਦ ਹੋ ਗਈਆਂ ਚਲੋ